ਬਰਨਾਲਾ ਪੁਲਿਸ ਨੂੰ 1.5 ਕਿਲੋਗ੍ਰਾਮ ਤੋਂ ਜ਼ਿਆਦਾ ਹੈਰੋਇਨ ਦੇ ਨਾਲ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਫੜੇ ਗਏ ਨਸ਼ੇ ਦੀ ਕੀਮਤ 7 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ 8 ਕਿਲੋਗ੍ਰਾਮ ਤੋਂ ਜ਼ਿਆਦਾ ਹੈਰੋਇਨ ਫੜੀ ਗਈ ਸੀ ਅਤੇ ਅੱਜ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਇਹ ਨਸ਼ਾ ਤਸਕਰ ਪੁਲਿਸ ਦੇ ਹੱਥ ਆਏ ਹਨ। ਉਹਨਾਂ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਉਮਰ 35 ਸਾਲ ਦੇ ਕਰੀਬ ਹੈ ਅਤੇ ਸੁਨਾਮ ਦੇ ਰਹਿਣ ਵਾਲੇ ਹਨ, ਜਿਨ੍ਹਾਂ ਖਿਲਾਫ ਐਨਡੀਪੀਐਸ ਐਕਟ ਦੇ ਆਧਾਰ ਤੇ ਮਾਮਲਾ ਦਰਜ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਵੇਂ ਤੁਹਾਨੂੰ ਪਤਾ ਕਿ ਥੋੜ੍ਹੇ ਦਿਨ ਪਹਿਲਾਂ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਅਸੀਂ ਇੱਕ 8 ਕਿਲੋ 290 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀਗੀ ਅਤੇ ਉਸ ਤੋਂ ਪਹਿਲਾਂ ਮੈਂ ਦੱਸਿਆ ਸੀ ਕਿ ਇੱਕ ਅਸੀਂ ਇੱਕ ਲੇਡੀ ਤੋਂ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ ਅਤੇ ਇੱਕ ਪਰਚਾ ਦਰਜ ਕੀਤਾ ਸੀਗਾ ਅਤੇ ਕੁਛ ਨਸ਼ੀਲੀਆਂ ਗੋਲੀਆਂ, ਤਾਂ ਉਸੇ ਲੜੀ ਦੇ ਵਿੱਚ ਹੀ ਅਸੀਂ ਇਹਦੇ ਵਿੱਚ ਕੜੀਆਂ ਨਾਲ ਕੜੀਆਂ ਜੋੜ ਰਹੇ ਸੀ। ਸਾਨੂੰ ਮੁਖਬਰ ਨੇ ਆ ਕੇ ਦੱਸਿਆ ਕਿ ਐਸਐਸ ਕਰੇ ਰੂੜੇ ਕਲਾਂ ਦੇ ਏਰੀਆ ਦੇ ਵਿੱਚ ਕੁਝ ਦੋ ਨੌਜਵਾਨ ਜਿਨ੍ਹਾਂ ਦੀ ਉਮਰ ਕਰੀਬ 30 ਤੋਂ 35-36 ਸਾਲ ਦੀ ਹੈਗੀ ਹੈ, ਉਹ ਸਵਿਫਟ ਕਾਰ ਨਿਸ਼ਾਨੀ ਸੀ ਸਾਡੇ ਕੋਲ, ਉਹਦੇ ਵਿੱਚ ਇਹ ਹੈਰੋਇਨ ਵਰਗੀ ਚੀਜ਼ ਦੀ ਲੈ ਕੇ ਆ ਰਹੇ ਨੇ। ਜੇ ਮੌਕੇ 'ਤੇ ਮਤਲਬ ਉਹਨਾਂ ਨੂੰ ਲੱਕ ਲਾ ਕੇ ਫੜਿਆ ਜਾਵੇ ਤਾਂ ਫੜੀ ਵੀ ਜਾ ਸਕਦੀ ਹੈ, ਬਰਾਮਦਗੀ ਹੋ ਸਕਦੀ ਹੈ। ਸੋ ਐਕਟਿੰਗ ਫਾਸਟ ਔਨ ਦੈਟ ਟਿਪ ਆਫ, ਵੀ ਹੈਡ ਲੇਡਾ ਨਾਕਾ ਉਹਦੇ 'ਤੇ ਬਾਏ ਦੀ ਸੀ ਸਟਾਫ ਆਫ ਬਰਨਾਲਾ, ਤਾਂ ਅਸੀਂ ਉਹਨਾਂ ਨੂੰ ਜਦੋਂ ਇਹਨਾਂ ਨੂੰ ਐਪਰੀਹੈਂਡ ਕੀਤਾ ਇਹਨਾਂ ਦੋ ਨੌਜਵਾਨਾਂ ਤੋਂ, ਉਹਨਾਂ ਤੋਂ 1.5 ਕਿਲੋ ਜਿਹੜੀ ਸਸਪੀਸ਼ੀਅਸ ਜਿਹੜੀ ਹੈ ਵਿੱਚ ਅਪੀਅਰਸ ਟੂ ਬੀ ਹੈਰੋਇਨ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈਗੀ ਆ। ਅਤੇ ਇਹ ਦੋ ਜਿਹੜੇ ਅਕਿਊਜ਼ਡ ਹੈ ਦੋਨੋਂ ਸੁਨਾਮ ਦੇ ਰਹਿਣ ਵਾਲੇ ਨੇ, ਇੱਕ ਦਾ ਨਾਮ ਰਾਜਕੁਮਾਰ ਉਰਫ ਰਾਜੂ ਹੈ, ਦੂਜਾ ਗੁਰਵਿੰਦਰ ਉਰਫ ਗੁਲਟੀ। ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ, ਹਾਲੇ ਪੁੱਛਗਿੱਛ ਚੱਲ ਰਹੀ ਹੈਗੀ ਆ। ਇਹਨਾਂ ਤੋਂ ਪ੍ਰਾਈਮਾ ਫੇਸ਼ੀਆ ਲੱਗਦਾ ਹੈਗਾ ਕਿ ਇਸੇ ਧੰਦੇ 'ਚ ਕਾਫੀ ਦੇਰ ਤੋਂ ਨੇ, ਬਾਕੀ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਐਜ਼ ਪਰ ਸਪੈਸੀਫਿਕ ਦੱਸਣਾ, ਵੀ ਵਿਲ ਕਮ ਬੈਕ ਟੂ ਯੂ। ਸਾਰਾ ਕੁਝ ਇਨਵੈਸਟੀਗੇਸ਼ਨ 'ਚ ਹੀ ਆ, ਹਾਲੇ ਤਾਂ ਫੜੇ ਹੀ ਹੈ ਨਾ, ਤਾਂ ਤੁਹਾਡੇ ਅੱਗੇ ਪੇਸ਼ ਕਰ ਦਿੱਤੇ ਹੈਗੇ ਆ, ਅਤੇ ਜਿਸ ਤਰ੍ਹਾਂ ਹੀ ਕੋਈ ਗੱਲ ਹੋਊਗੀ ਵੀ ਵਿਲ ਕਮ ਬੈਕ ਟੂ ਯੂ ਪਬਲਿਕ ਡੋਮੇਨ, ਵੀ ਵਿਲ ਨੈਵਰ ਹਾਈਡ ਐਨੀਥਿੰਗ ਫਰੋਮ ਯੂ। ਇਹਦੇ ਵਿੱਚ ਕੋਈ ਮਤਲਬ ਦੋ ਰਾਏ ਨਹੀਂ ਹੈਗੀ, ਐਂਡ ਇਟ ਇਜ਼ ਐਨ ਓਪਨ ਸੀਕਰੇਟ ਕਿ ਅਕਰੋਸ ਦੀ ਬਾਰਡਰ ਜਿਹੜੀ ਪਾਕਿਸਤਾਨ ISI ਹੈਗੀ ਹੈ, ਇਟ ਇਜ਼ ਆਲ ਸਪੋਂਸਰਡ ਹੈਰੋਇਨ ਸਾਡੇ ਬਾਰਡਰਸ। ਮੈਂ ਤਾਂ ਉਦੋਂ ਪਹਿਲਾਂ ਵੀ ਦੱਸਦਾ ਹੁੰਦਾ ਕਿ 500-600 ਕਿਲੋਮੀਟਰ ਤਾਂ ਇੱਧਰਲੇ ਪਾਸੇ ਪੈਂਦਾ ਹੈਗਾ, ਅਤੇ ਉੱਧਰੋਂ ਪੋਰਸ ਆਪਣਾ ਗੁਜਰਾਤ ਵਾਲੀ ਸਾਈਡ ਤੋਂ ਹੈਗਾ। ਵੀ ਨੋ ਦਿਸ ਦੀ ਹਾਓ ਦੀ ਹੈਰੋਇਨ ਐਂਡ ਅਦਰ ਕੌਂਟਰਾਬੈਂਡ ਕਮਸ ਟੂ ਪੰਜਾਬ, ਅਤੇ ਇਹਦੇ ਵਿੱਚ ਕਿਸ ਦੀ ਵੀ ਕੌਨਸਪਰੇਸੀ ਹੈਗੀ ਹੈ ਉਹ ਤਾਂ ਠੀਕ ਹੈਗੀ ਹੈ, ਜਿਹੜੀ ਰਿਕਵਰੀ ਆਈ ਵੁੱਡ ਰਾਦਰ ਸੇ ਆਈ ਵਿਲ ਰਾਦਰ ਪੈਟ ਦੀ ਬੈਕ ਆਫ ਮਾਈ ਆਫਿਸਰਸ ਹੂ ਆਰ ਡੂਇੰਗ ਅ ਕਮੈਂਡੇਬਲ ਜੋਬ। ਹੋ ਸਕਦਾ ਇਹ ਸਾਡਾ ਬਰਨਾਲਾ ਰਾਹ ਬਣ ਰੂਟ ਹੋਵੇ, ਅਤੇ ਵੀ ਪ੍ਰੋਮਿਸ ਯੂ ਦਿਸ ਵਿਲ ਨੋ ਲੋਂਗਰ ਬੀ ਅ ਰੂਟ। ਉਹ 21-25-61-85 ਲੱਗਿਆ। ਬਰਨਾਲਾ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ, ਪੰਜਾਬ ਟੂਡੇ।